ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਗੱਜਿਆ ਤੋਂ ਵਾਹਿਗੁਰੂ ਜੀ ਕਾ ਖਾਲਸਾ। ਬੜੇ ਪਿਆਰ ਵਿੱਚ ਆਪ ਜੀ ਸਾਰੇ, ਵੱਡਾ ਸਥਾਨ ਜੋ ਵੱਡੀ ਹੀ ਧਰਤੀ ਹੈ, ਕਿਉਂਕਿ ਕਈ ਐਸੇ ਸ਼ਹਿਰ ਨੇ ਜੋ ਸਮੇਂ ਦੇ ਪਾਤਸ਼ਾਹਾਂ ਨੇ ਬਣਾਏ ਨੇ। ਬੜੇ ਧਿਆਨ ਨਾਲ ਸੁਣਿਓ, ਜਿਸ ਧਰਤੀ 'ਤੇ ਆਪ ਜੀ ਬੈਠੇ ਹੋ ਕਿੰਨੀ ਵੱਡੀ ਧਰਤੀ ਹੈ। ਬਹੁਤ ਸਾਰੀ ਐਸੀ ਧਰਤੀਆਂ ਨੇ ਜੋ ਕਈ ਪਾਤਸ਼ਾਹਾਂ ਨੇ ਬਣਾਈਆਂ ਨੇ, ਕਈ ਉਸ ਸਮੇਂ ਦੇ ਮੌਜੂਦ ਦੇ ਰਾਜਾ ਮਹਾਰਾਜਾ ਨੇ ਬਣਵਾਈ ਹੈ। ਆਪ ਜੀ ਮਾਣ ਕਰਿਓ, ਜਿਸ ਧਰਤੀ 'ਤੇ ਆਪ ਜੀ ਬੈਠੇ ਹੋ ਕੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਨੇ ਆਪ ਇਹ ਧਰਤੀ, ਆਪ ਇਹ ਸ਼ਹਿਰ ਵਸਾਇਆ ਵੇ। ਔਰ ਕਿਸੇ ਵੀ ਜਗ੍ਹਾ ਆਪ ਜੀ ਚਲੇ ਜਾਓ, ਕਿਸੇ ਵੀ ਸਥਾਨ 'ਤੇ ਚਲੇ ਜਾਓ, ਸਾਰੇ ਹੀ ਧੰਨਾ ਯੋਗ ਨੇ, ਲੇਕਿਨ ਕਦੇ ਆਪ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਓ, ਉਸ ਜਗ੍ਹਾ ਦੀ ਰੂਹਾਨੀਅਤ, ਉਸ ਜਗ੍ਹਾ ਦੀ ਠੰਡ ਕਿਧਰੋਂ ਵੀ ਆਪ ਨੂੰ ਪ੍ਰਾਪਤ ਨਹੀਂ ਹੋ ਸਕਦੀ। ਸਾਰੇ ਕੋ ਵਾਹਿਗੁਰੂ, ਜਿੱਥੇ ਸਮੇਂ ਦਾ ਨਹੀਂ ਭੁੱਲਦੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਗੁਰੂ ਜਿਨ੍ਹਾਂ ਦਾ ਆਗਮਨ ਦਿਹਾੜਾ ਵੇ, ਹਰ ਸਥਾਨ 'ਤੇ ਹਰ ਜਗ੍ਹਾ 'ਤੇ ਬੜੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ। ਇੱਥੇ ਵੀ ਜੋ ਮਹੀਨਾ ਵਾਲੀ ਆਪ ਸਾਰਿਆਂ ਨੂੰ ਪਤਾ ਵੇ, ਭਾਈ ਸੁਖਵਿੰਦਰ ਸਿੰਘ ਜੀ, ਗੋਗਾ ਵੀਰ ਜੀ, ਭਾਈ ਸਰਪੰਚ ਦਲੀਪਾਲ ਸਿੰਘ ਜੀ, ਬੀਬੀ ਬੋਲਾ ਜੀ, ਭਾਈ ਜਿੰਦਰ ਵਾਲੇ, ਸਾਰੇ ਮਹਾਂਪੁਰਸ਼, ਸਾਰੇ ਜਥੇਬੰਦੀਆਂ, ਭਾਈ ਸਾਹਿਬ ਜੀ ਦੇ ਸੀਸ ਸਦਕਾ ਗੋਗਾ ਵੀਰ ਜੀ ਜੋ ਹਰ 26 ਤਾਰੀਖ ਨੂੰ ਇੱਥੇ ਸਮਾਗਮ ਕਰਦੇ ਨੇ, ਆਪ ਜੀ ਡਟ ਕਰਕੇ ਇੱਥੇ ਆਇਆ ਕਰੋ। ਅੱਜ ਕੁਦਰਤੀ 26 ਤਾਰੀਖ ਕੈਲਾਸ ਵਰਜਨ ਦੇਵ ਜੀ ਦਾ ਆਗਮਨ ਦਿਹਾੜਾ, ਪ੍ਰਕਾਸ਼ ਦਿਹਾੜਾ। ਬੜੇ ਪਿਆਰ ਵਿੱਚ ਆਪ ਜੀ ਜਿੰਨਾ ਸਮਾਂ ਦਰਸ਼ਨ ਗਰੀਬਾਂ ਨੂੰ ਪ੍ਰਾਪਤ ਹੈ ਉਤਨੇ ਵਿੱਚ ਬਾਬਾ ਜੀ ਸੇਵਾ ਲੈ ਲੈ। ਬੜੇ ਪਿਆਰ ਵਿੱਚ ਆਪ ਜੀ ਸਾਰੇ ਜੁੜਿਓ, ਔਰ ਜਿਵੇਂ ਆਪ ਜੀ ਨੂੰ ਗੋਗੇ ਵੀਰ ਜੀ ਨੇ ਬੇਨਤੀ ਕੀਤੀ ਹੈ, ਜਬ ਤੱਕ ਸੁਭਾਸ਼ਰ ਨਾ ਹੋਵੇ ਤਬ ਟਿਕਣ ਨਾ ਜਾਇਓ, ਇਹ ਬੇਨਤੀ ਹੈ। ਜਬ ਟਿਕਣ ਗੁਰੂ ਸਾਹਿਬ ਜੀ ਆਪਣੇ ਸਥਾਨ 'ਤੇ ਵਿਰਾਜਮਾਨ ਨਾ ਹੋਣ ਤਬ ਟਿਕਣ ਆਪ ਜੀ ਜਾਣ ਦੀ ਖੇਚਲ ਨਾ ਕਰਿਓ। ਅੱਜ ਬਹੁਤ ਵੱਡਾ ਦਿਨ ਹੈ, ਬਾਬਾ ਨਾਨਕ ਸਿੰਘ ਜੀ ਦਾ ਵੀ ਬਚਨ ਹੈ ਕਿ ਅੱਜ ਦੇ ਦਿਨ ਅਗਰ ਕੋਈ ਪਸ਼ੂ, ਕੋਈ ਪਰਿੰਦਾ, ਕੋਈ ਜੀਵ, ਕੋਈ ਜੰਤੂ ਅੱਜ ਚੜ੍ਹਾਈ ਕਰਦਾ ਹੈ ਕਿ ਉਹ ਨਰਕਾਂ ਨੂੰ ਨਹੀਂ ਜਾਂਦਾ, ਉਹਦੇ ਲਈ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਖੋਲੀ। ਬੜੇ ਪਿਆਰ ਵਿੱਚ ਆਪ ਜੀ ਇਹ ਸ਼ਬਦ ਪੜਿਓ, ਫਿਰ ਗੁਰੂ ਸਾਹਿਬ ਜੀ ਵਿਚਾਰ ਸੇਵਾ ਕਰੋ। ਹੋ ਗਏ ਸੋ ਬਿਚਾਰੇ, ਐਸੇ ਗੁਰ ਕੋ
ਹਰ ਧਰਮ ਦਾ ਆਪਣਾ ਆਪਣਾ ਕੇਂਦਰ ਸਥਾਨ ਹੁੰਦਾ ਹੈ ਔਰ ਹਰ ਧਰਮ ਦਾ ਆਪਣਾ ਆਪਣਾ ਇੱਕ ਗ੍ਰੰਥ ਹੁੰਦਾ ਹੈ। ਸੂਰਜ ਪ੍ਰਕਾਸ਼ ਗ੍ਰੰਥ ਸਾਡਾ ਆਪਣਾ ਇਤਿਹਾਸਿਕ ਗ੍ਰੰਥ ਹੈ ਜੋ ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪ ਲਿਖਿਆ ਹੈ। ਬੜੇ ਧਿਆਨ ਨਾਲ ਸੁਣਿਓ, ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪ ਲਿਖਿਆ ਹੈ ਸੂਰਜ ਪ੍ਰਕਾਸ਼ ਗ੍ਰੰਥ ਵਿੱਚ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਬਾਣੀ, ਐਵੇਂ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਜੋ ਸਾਡੇ ਇਤਿਹਾਸ ਉਹ ਲਿਖਿਆ ਹੋਇਆ। ਤੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਲਿਖੀ ਹੈ। ਬੜੇ ਧਿਆਨ ਨਾਲ ਸੁਣਿਓ, ਜਿੰਨੇ ਆਪ ਜੀ ਬੈਠੇ ਹੋ ਨਾ ਆਪਣਾ ਟਿਕਾਓ ਬਖਸ਼ਿਓ, ਤੇ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਲਿਖੀ ਹੈ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਕੀ ਲਿਖਿਆ ਵੇ। ਪਹਿਲੇ ਵੀ ਆਪਣੇ ਜ਼ਿਕਰ ਸੁਣਿਆ ਹੋਏਗਾ ਮਹਾਂਪੁਰਸ਼ਾਂ ਕੋਲੋਂ, ਗੁਰੂ ਅਰਜਨ ਦੇਵ ਜੀ ਨੇ ਪ੍ਰਥਾਏ ਲਿਖਿਆ ਵੇ ਦੋਨੋਂ ਵੱਡੇ ਜਹਾਜ਼ ਬਣਾਏ, ਦੋਨੋਂ ਵੱਡੇ ਜਹਾਜ਼ ਬਣਾਏ ਪਰ ਭਰਪੂਰ ਸੋ ਪਾਰ ਲਗਾਏ। ਉਹ ਦੋ ਵੱਡੇ ਜਹਾਜ਼ ਕੌਣ ਸੇ ਨੇ? ਆਪ ਜੀ ਨੂੰ ਮਾਣ ਹੋਣਾ ਚਾਹੀਦਾ ਹੈ, ਆਪ ਜੀ ਅੰਮ੍ਰਿਤਸਰ ਦੀ ਧਰਤੀ ਤੇ ਰਹਿੰਦੇ ਹੋ। ਉਹ ਦੋ ਵੱਡੇ ਜਹਾਜ਼ ਕੌਣ ਸੇ ਨੇ? ਇੱਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਤੋਂ ਵੱਡੇ ਗੁਰੂ, ਜੋ ਸਾਡੇ ਮੌਜੂਦਾ ਗੁਰੂ ਨੇ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਸਮੇਂ ਪੋਥੀ ਸਾਹਿਬ ਆਪਾਂ ਕਹਿੰਦੇ ਸੀ। ਇੱਕ ਉਹ ਦੂਸਰਾ ਵੱਡਾ ਜਹਾਜ਼ ਜੋ ਸਾਡਾ ਕੇਂਦਰ ਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਸਾਰਿਆਂ ਤੋਂ ਵੱਡੇ ਗੁਰੂ। ਦੋਨੋਂ ਵੱਡੇ ਜਹਾਜ਼ ਬਣਾਏ ਪਰ ਭਰਪੂਰ ਸੋ ਪਾਰ ਲੰਘਾਏ। ਜਹਾਜ਼ ਕੀ ਹੁੰਦਾ ਵੇ? ਸੁਣਿਓ ਬੜੇ ਧਿਆਨ ਦੇ ਨਾਲ, ਜਿਵੇਂ ਇੱਕ ਸਮੁੰਦਰ ਹੁੰਦਾ, ਇੱਕ ਨਦੀ ਹੁੰਦੀ ਹੈ, ਉਹਦੇ ਅੰਦਰ ਜਹਾਜ਼ ਨੂੰ ਪਾਓ ਤੇ ਜਹਾਜ਼ ਜਿਤਨਾ ਵੱਡਾ ਹੁੰਦਾ ਹੈ ਉਹਦੇ ਅੰਦਰ ਜਿੰਨੀ ਸਵਾਰੀ ਆ ਸਕਦੀ ਹੈ ਉਹ ਸ਼ਮਤਾ ਰੱਖਦਾ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਣ ਲਈ। ਲੇਕਿਨ ਗੁਰੂ ਅਰਜਨ ਦੇਵ ਜੀ ਦਾ ਜਹਾਜ਼ ਐਸਾ ਜਹਾਜ਼ ਹੈ, ਜਦੋਂ ਦਾ ਬਣਿਆ ਹੈ, ਜਦੋਂ ਦਾ ਗੁਰੂ ਅਰਜਨ ਦੇਵ ਜੀ ਨੇ ਇਹਦੀ ਉਸਾਰੀ ਕਰਾਈ ਹੈ, ਤੁਹਾਨੂੰ ਪਤਾ ਹੈ ਗੁਰੂ ਰਾਮਦਾਸ ਜੀ ਨੇ ਨੀਂਹ ਰਖਾਈ ਸੀ ਤੇ ਸਾਰੀ ਨੂੰ ਉਸਾਰੀ ਗੁਰੂ ਅਰਜਨ ਦੇਵ ਜੀ ਨੇ ਕਰਾਈ ਤੇ ਜਦੋਂ ਦਾ ਬਣਿਆ ਹੈ, ਛੋਟੇ ਛੋਟੇ ਬੱਚੇ ਨੇ ਜੋ ਮੇਰੇ ਤੋਂ ਪਹਿਲੇ ਹਾਥ ਨਹੀਂ ਪੜ ਰਹੇ ਸੀ, ਆਪ ਜੀ ਇੱਥੇ ਉਹਨੇ ਦਰਗਾਹੀ ਵਿੱਦਿਆ ਸੀ ਤੇ ਆਪ ਜੀ ਦੁਨਿਆਵੀ ਵਿੱਦਿਆ ਵੀ ਲੈਂਦੇ ਹੋ, ਕੋਈ ਫਸਟ ਵਿੱਚ ਹੋਏਗਾ, ਕੋਈ ਸੈਕਿੰਡ ਵਿੱਚ ਹੋਏਗਾ, ਕੋਈ ਥਰਡ ਵਿੱਚ, ਕੋਈ ਫਿਫਥ ਵਿੱਚ, ਕੋਈ ਉਸ ਤੋਂ ਵੱਡਾ ਹੋਏਗਾ। ਤੁਸੀਂ ਪੜ੍ਹਾਈ ਕਰ ਰਹੇ ਹੋ, ਦਸਵੀਂ ਪਾਸ ਕੀਤੀ ਤੇ ਤੁਹਾਨੂੰ ਇੱਕ ਦਸਵੀਂ ਕਲਾਸ ਦੀ ਮਾਰਕਸ਼ੀਟ ਮਿਲ ਗਈ, ਬਾਰਵੀਂ ਕਲਾਸ ਪਾਸ ਕੀਤੀ ਤੇ ਬਾਰਵੀਂ ਕਲਾਸ ਦੀ ਮਾਰਕਸ਼ੀਟ ਮਿਲ ਗਈ, ਉਸ ਤੋਂ ਉੱਪਰ ਪੜ੍ਹ ਲਓ ਤੇ ਗ੍ਰੈਜੂਏਸ਼ਨ, ਫਿਰ ਪੋਸਟ ਗ੍ਰੈਜੂਏਸ਼ਨ ਤੁਹਾਨੂੰ ਪੜ੍ਹਾਈ ਕਰਦੇ ਜਾਓ ਕਰਦੇ ਜਾਓ। ਕੋਈ ਡਾਕਟਰ ਦੀ ਲਾਈਨ 'ਚ ਨਿਕਲ ਜਾਂਦਾ, ਕੋਈ ਇੰਜੀਨੀਅਰ ਦੀ ਲਾਈਨ 'ਚ ਨਿਕਲ ਜਾਂਦਾ, ਇੱਕ ਦੁਨਿਆਵੀ ਸਕੂਲ, ਇੱਕ ਦੁਨਿਆਵੀ ਕਾਲਜ ਤੁਹਾਨੂੰ ਦੁਨਿਆਵੀ ਦਾਤਾਂ ਦੇ ਸਕਦਾ, ਦੁਨਿਆਵੀ ਡਿਗਰੀ ਦੇ ਸਕਦਾ ਵੇ। ਗੁਰੂ ਅਰਜਨ ਦੇਵ ਜੀ ਦਾ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਜਿਸ ਵੀ ਭਾਵਨਾ ਨਾਲ ਚਲੇ ਜਾਓ ਉਹ ਸਥਾਨ ਐਸਾ ਵੇ ਕਿ ਉੱਥੋਂ ਸੰਤ ਪੈਦਾ ਹੁੰਦੇ ਨੇ, ਸਾਡੇ ਆਪੋ ਵਾਹਿਗੁਰੂ, ਉੱਥੋਂ ਮਹਾਂਪੁਰਸ਼ ਪੈਦਾ ਹੁੰਦੇ ਨੇ, ਉੱਥੋਂ ਸ਼ਹੀਦ ਸੰਤ ਪੈਦਾ ਹੁੰਦੇ ਨੇ। ਉਸ ਸਥਾਨ ਤੋਂ ਅਗਰ ਆਪ ਜੀ ਬੰਦਗੀ ਕਰੋ, ਜਪ ਤਪ ਕਰੋ, ਦੋ ਘੰਟੇ ਦਾ ਚੌਕੜਾ ਮਾਰੋ, ਤਿੰਨ ਘੰਟੇ ਦਾ ਚੌਕੜਾ ਮਾਰੋ, ਨਿੱਤ ਇੱਕ ਸਮਾਂ ਆਏਗਾ ਕਿ ਗੁਰੂ ਸਾਹਿਬ ਜੀ ਹਰ ਤ੍ਰਿਸ਼ਨਾ ਤੋਂ ਸਾਨੂੰ ਦੂਰ ਕਰਨਾ ਸ਼ੁਰੂ ਕਰ ਦਿੰਦੇ, ਬੰਦਗੀ ਦੇ ਨਾਲ ਪਿਆਰ ਦੇਣਾ ਸ਼ੁਰੂ ਕਰ ਦਿੰਦੇ। ਉੱਥੋਂ ਜਿਵੇਂ ਦੁਨਿਆਵੀ ਸਕੂਲਾਂ ਤੋਂ ਸਾਨੂੰ ਡਾਕਟਰੀ ਦੀ ਡਿਗਰੀ ਮਿਲਦੀ ਹੈ, ਉਹ ਵੀ ਇੱਕ ਸਕੂਲ ਹੈ, ਉਹ ਵੀ ਇੱਕ ਯੂਨੀਵਰਸਿਟੀ ਹੈ ਜਿੱਥੋਂ ਸਾਨੂੰ ਮਹਾਂਪੁਰਸ਼, ਅਗਰ ਕੋਈ ਚਾਹੁੰਦਾ ਨਾ ਸਾਡਾ ਕੀਰਤਨ ਦਾ ਨਿਖਾਰ ਆ ਜਾਏ, ਕੋਈ ਚਾਹੁੰਦਾ ਸਾਡੀ ਕੀ ਕਥਾ ਵਿੱਚ ਨਿਖਾਰ ਆ ਜਾਏ, ਕੋਈ ਚਾਹੁੰਦਾ ਵੇ ਕਿ ਮੇਰੀ ਚੱਲਣਾ ਸ਼ੁਰੂ ਹੋ ਜਾਏ, ਰਹੀਏ ਨਿਮਰਤਾ ਹੀ ਚੀ। ਲੇਕਿਨ ਹਰਿਮੰਦਰ ਸਾਹਿਬ ਐਸਾ ਸਥਾਨ ਹੈ, ਉੱਥੋਂ ਕੋਈ ਵੀ ਸ਼ੀ ਮੰਗੋ, ਕੋਈ ਵੀ ਦਾਤ ਮੰਗੋ, ਹਰ ਚੀਜ਼ ਉੱਥੋਂ ਮਿਲਦੀ ਹੈ, ਹਰ ਦਾਤ ਉੱਥੋਂ ਮਿਲਦੀ ਹੈ। ਦੁਨਿਆਵੀ ਦਾਤ ਮੰਗੋ ਭਾਵੇਂ ਦਰਬਾਰੀ ਦਾਤ ਮੰਗੋ, ਦੋਨੋਂ ਵੱਡੇ ਜਹਾਜ਼ ਬਣਾਏ ਪਰ ਭਰਪੂਰ ਸੋ ਪਾਰ ਲਗਾ। ਇੱਕ ਵੱਡਾ ਜਹਾਜ਼ ਸ੍ਰੀ ਹਰਿਮੰਦਰ ਸਾਹਿਬ, ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਮੇਂ ਵਿੱਚ ਹੀ ਸਮਾਪਤੀ ਕਰ ਦਾਂਗੇ। ਪਹਿਲੇ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਸਾਰੇ ਜਿਨ੍ਹਾਂ ਨੂੰ ਨਮਸਕਾਰ ਕਰਦੇ ਹੋ, ਮੈਂ ਛੋਟਾ ਜਿਹਾ ਜ਼ਿਕਰ ਤੁਹਾਡੇ ਚਰਨਾਂ ਵਿੱਚ ਰੱਖਾਂ।
ਉਹਦੇ ਬਾਅਦ ਫਿਰ ਅਗਰ ਸਮਾਂ ਹੋਇਆ ਕਿ ਹਰਿਮੰਦਰ ਸਾਹਿਬ ਦੀ ਵਡਿਆਈ ਗੁਰੂ ਸਾਹਿਬ ਦੀ ਸੇਵਾ ਲੈ, ਤੁਹਾਨੂੰ ਸਾਰਿਆਂ ਨੂੰ ਪਤਾ ਵੇ ਜਿਵੇਂ ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ ਪਰਿਕਰਮਾ ਵਿੱਚ, ਜਦੋਂ ਪਰਿਕਰਮਾ ਕਰਦੇ ਹਾਂ ਨਾ ਅਤੇ ਫਿਰ ਜਦੋਂ ਪਰਿਕਰਮਾ ਆਉਂਦੀ ਨੇ ਵੱਖਰੇ ਵੱਖਰੇ ਜੱਥੇ ਨੇ ਉਹ ਕਈ ਜਿੱਥੇ ਕੀਰਤਨ ਕਰਕੇ ਵੀ ਆਉਂਦੇ ਨੇ, ਕਈ ਸੇਵਾ ਵੀ ਕਰਦੇ ਨੇ, ਅਤੇ ਜਦੋਂ ਗੁਰੂ ਅਰਜਨ ਦੇਵ ਜੀ ਸਰੀਰ ਕਰਕੇ ਹੈਗੇ ਸੀ, ਬੜੇ ਧਿਆਨ ਨਾਲ ਸੁਣਿਓ, ਜਦੋਂ ਗੁਰੂ ਅਰਜਨ ਦੇਵ ਜੀ ਸਰੀਰ ਕਰਕੇ ਸੀ ਅਤੇ ਵੱਖਰੇ ਵੱਖਰੇ ਟੋਲੇ ਵੱਖਰੇ ਵੱਖਰੇ ਜੱਥੇ ਆਉਂਦੇ ਸੀ ਢੋਲਕੀ ਛੇਨੇ ਅਤੇ ਕੀਰਤਨ ਕਰਦੇ ਸੀ, ਉਸ ਸਮੇਂ ਬੜੇ ਪਿਆਰ ਵਾਲੇ ਸੂਝਵਾਨ ਸਿੱਖ ਵੀ ਹੁੰਦੇ ਸੀ, ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਹੋਰ ਵੀ ਭਾਈ ਬਹਿਲੋ ਜੀ ਵਰਗੇ, ਭਾਈ ਸ਼ਾਲੋ ਜੀ ਵਰਗੇ, ਬਹੁਤ ਪਿਆਰ ਵਾਲੇ ਸਿੰਘ ਹੁੰਦੇ ਸੀ। ਅਤੇ ਜਦੋਂ ਆਉਣਾ ਨਾ ਕੀਰਤਨ ਕਰਨਾ ਅਤੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਉਹ ਦੇਖਦੇ ਸੀ ਕਿ ਸੰਗਤ ਆ ਰਹੀ ਹੈ, ਟੋਲੀਆਂ ਵਿੱਚ ਆ ਰਹੀ ਹੈ, ਕੋਈ ਲਾਹੌਰ ਤੋਂ ਆ ਰਹੀ ਹੈ, ਕੋਈ ਕਾਬੁਲ ਤੋਂ ਆ ਰਹੀ ਹੈ, ਕੋਈ ਕਿਸੇ ਸਥਾਨ ਤੋਂ ਆ ਰਹੀ ਹੈ। ਅਤੇ ਜਦੋਂ ਆਉਣਾ ਢੋਲਕੀ ਛੇਨੇ ਅਤੇ ਕੀਰਤਨ ਕਰਨਾ, ਹੁਣ ਉਹ ਇਤਨੀ ਰੰਗ ਰੁਕੜੀਆਂ ਰੂਹਾਂ ਸਭ ਉਹਨਾਂ ਨੂੰ ਪਤਾ ਸੀ ਕੌਣ ਸੀ ਬਾਣੀ ਹੈ ਕੌਣ ਸੀ ਬਾਣੀ ਨਹੀਂ ਹੈ। ਸਾਡਾ ਇਤਿਹਾਸ ਬੜੇ ਧਿਆਨ ਨਾਲ ਸੁਣਿਓ, ਕੌਣ ਸੀ ਬਾਣੀ ਹੈ ਕੌਣ ਸੀ ਬਾਣੀ ਨਹੀਂ ਹੈ। ਕਈ ਟੋਲੇ ਕਈ ਸੰਗਤ ਦੇ ਟੋਲੇ ਐਸੇ ਆਉਂਦੇ ਸੀ ਉਹ ਬਾਣੀ ਪੜ੍ਹਦੇ ਸੀ, ਉਹਦੇ ਵਿੱਚ ਨਾਨਕ ਪਦ ਲਿਖਾ ਹੁੰਦਾ ਸੀ, ਉਹ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਹੋਰ ਕਈ ਉਹਨਾਂ ਨੂੰ ਗਿਆਨ ਸੀ ਕਿ ਇਹ ਬਾਣੀ ਨਹੀਂ ਹੈ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਬਚਨ ਕੀਤਾ, ਬੇਨਤੀ ਕੀਤੀ ਕਿ ਬਾਬਾ ਜੀ ਕਈ ਟੋਲੇ ਐਸੇ ਆਉਂਦੇ ਨੇ ਇਹ ਗੁਰਬਾਣੀ ਨਹੀਂ ਹੈ, ਇਹ ਆਪਣੇ ਆਪ ਉਸਾਰੀਆਂ ਭਗਤੀਆਂ ਨੇ, ਉਹਦੇ ਵਿੱਚ ਨਾਨਕ ਪਦ ਲਗਾ ਦਿੱਤਾ ਗਿਆ ਹੈ। ਬਾਬਾ ਜੀ ਇਹ ਤਾਂ ਬੜਾ ਦਿੱਕਤ ਵਾਲਾ ਬਹੁਤ ਔਖਾ ਸਮਾਜ ਆਏਗਾ, ਕਿਵੇਂ ਪਤਾ ਚੱਲੇਗਾ ਕਿ ਕੌਣ ਸੀ ਬਾਣੀ ਹੈ ਕੌਣ ਸੀ ਬਾਣੀ ਨਹੀਂ ਹੈ। ਗੁਰੂ ਅਰਜਨ ਦੇਵ ਜੀ ਵੀ ਥੋੜ੍ਹੀ ਫਿਕਰ ਪਿਆਰ ਵਾਲੀ ਫਿਕਰ ਵਿੱਚ ਆ ਗਏ, ਗੁਰੂ ਅਰਜਨ ਦੇਵ ਜੀ ਨੂੰ ਸੁਣਿਆ ਕਿਉਂਕਿ ਪ੍ਰਿਥੀਚੰਦ ਜੀ ਈਰਖਾ ਕਰਦੇ ਸੀ, ਹੋਰ ਵੀ ਕਈ ਈਰਖਾ ਕਰਦੇ ਸੀ, ਤਾਂ ਉਹ ਨਾਨਕ ਪਦ ਲਗਾ ਕੇ ਫਿਰ ਬਾਣੀ ਉਚਾਰਨਾ ਸ਼ੁਰੂ ਕਰ ਦਿੱਤੀ ਸੀ ਉਸ ਸਮੇਂ। ਫਿਰ ਗੁਰੂ ਅਰਜਨ ਦੇਵ ਜੀ ਨੇ ਬੜੇ ਧਿਆਨ ਨਾਲ ਸੁਣਿਆ ਜੀ, ਫਿਰ ਗੁਰੂ ਅਰਜਨ ਦੇਵ ਜੀ ਨੇ ਕੁਛ ਸਿੰਘਾਂ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਭੇਜਿਆ। ਬੜੇ ਧਿਆਨ ਨਾਲ ਸੁਣਨਾ, ਗੁਰੂ ਅਰਜਨ ਦੇਵ ਜੀ ਕਿਤਨੇ ਵੱਡੇ ਨੇ, ਜੋ ਪਹਿਲੇ ਜਹਾਜ਼ ਦੀ ਗੱਲ ਚੱਲਦੀ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹ ਕੌਣ ਲੈ ਕੇ ਆਇਆ। ਗੁਰੂ ਅਰਜਨ ਦੇਵ ਜੀ ਨੇ ਕੁਛ ਸਿੰਘਾਂ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਭੇਜਿਆ, ਬਾਬਾ ਮੋਹਨ ਜੀ ਉੱਥੇ ਸੀ ਅਤੇ ਬਾਬਾ ਮੋਹਨ ਜੀ ਉੱਪਰ ਜੁੜੇ ਬੈਠੇ ਹੋਏ ਸੀ। ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਉਹਨਾਂ ਨੇ ਬੇਨਤੀ ਨਹੀਂ ਪ੍ਰਵਾਨ ਕੀਤੀ, ਉਹ ਜੁੜੇ ਹੋਏ ਸੀ। ਸਾਰੇ ਸਿੰਘ ਖਾਲੀ ਹੱਥ ਵਾਪਸ ਆ ਗਏ। ਜਦੋਂ ਵਾਪਸ ਆਏ, ਵਾਪਸ ਆਉਣ ਦੇ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਬਾਬਾ ਮੋਹਨ ਜੀ ਨੇ ਤਾਂ ਕੋਈ ਗ੍ਰੰਥ ਦਿੱਤੇ ਹੀ ਨਹੀਂ। ਫਿਰ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਆਗਮਨ ਦਿਹਾੜਾ, ਕਿਤਨੇ ਵੱਡੇ ਨੇ, ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਨੰਗੇ ਪੈਰ ਗਏ ਗੋਇੰਦਵਾਲ ਸਾਹਿਬ, ਇੱਥੋਂ 20-22 ਕਿਲੋਮੀਟਰ ਹੈ ਗੋਇੰਦਵਾਲ ਸਾਹਿਬ, ਨੰਗੇ ਪੈਰ ਗਏ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ। ਜਦੋਂ ਗੋਇੰਦਵਾਲ ਸਾਹਿਬ ਪਹੁੰਚੇ ਨੇ, ਉੱਥੇ ਜਾ ਕੇ ਇਹ ਨਹੀਂ ਕਿਹਾ ਕਿ ਸਾਨੂੰ ਗ੍ਰੰਥ ਦੇ ਦਿਉ, ਇਹ ਨਹੀਂ ਕਿਹਾ ਸਾਨੂੰ ਪੋਥੀ ਦੇ ਦਿਉ, ਬਾਹਰ ਬਹਿ ਗਏ ਅਤੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ। ਮੋਹਨ ਤੇਰੇ ਉੱਚੇ ਮਹਿਲ, ਇਹ ਸ਼ਬਦ ਉੱਥੇ ਉਚਾਰਿਆ ਗੁਰੂ ਅਰਜਨ ਦੇਵ ਜੀ ਨੇ, ਅਤੇ ਵਡਿਆਈ ਕੀਤੀ ਬਾਬਾ ਮੋਹਨ ਜੀ ਦੀ। ਜਦੋਂ ਵਡਿਆਈ ਕੀਤੀ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ, ਉਹ ਨੀਚੇ ਆਏ ਅਤੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਕਹਿੰਦੇ ਬਾਬਾ ਜੀ ਆਪ ਜੀ ਇੱਥੇ। ਅਤੇ ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਸਾਡਾ ਚਿੰਤ ਕੀਤਾ ਹੈ, ਅਸੀਂ ਇੱਕ ਗ੍ਰੰਥ ਉਹਨੇ ਤਿਆਰ ਕਰੀਏ, ਸਮੇਂ ਦੀ ਮੰਗ ਹੈ, ਲੋੜ ਹੈ। ਅਤੇ ਕਹਿੰਦੇ ਬਾਬਾ ਜੀ ਕੁਛ ਸਿੰਘਾਂ ਨੂੰ ਭੇਜ ਦਿੰਦੇ, ਆਪ ਜੀ ਕਹਿੰਦੇ ਭੇਜਿਆ ਸੀ, ਆਪ ਜੀ ਜੁੜੇ ਹੋਏ ਸੀ, ਆਪ ਜੀ ਦੀ ਸਮਾਧੀ ਲੱਗੀ ਹੋਈ ਸੀ, ਅਤੇ ਸਾਡਾ ਚਿੰਤ ਕੀਤਾ ਅਸੀਂ ਆਪ ਜੀ ਦੇ ਦਰਸ਼ਨ ਵੀ ਕਰ ਲਏ ਅਤੇ ਨਾਲ ਪੋਥੀ ਸਾਹਿਬ ਵੀ ਲੈ ਲਏ। ਉਹ ਤੋਂ ਫਿਰ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ, ਦੂਜੇ ਗੁਰੂ ਗੁਰੂ ਅੰਗਦ ਦੇਵ ਜੀ, ਤੀਜੇ ਗੁਰੂ ਗੁਰੂ ਅਮਰਦਾਸ ਜੀ, ਚੌਥੇ ਗੁਰੂ ਗੁਰੂ ਰਾਮਦਾਸ ਜੀ, ਚਾਰੋਂ ਗੁਰੂ ਸਾਹਿਬ ਜੀ ਦੀ ਪੋਥੀਆਂ ਪਾਲਕੀ ਸਾਹਿਬ ਵਿੱਚ ਵਿਰਾਜਮਾਨ ਕੀਤੀ, ਗੋਇੰਦਵਾਲ ਸਾਹਿਬ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਲੈ ਕੇ ਆਏ। ਕਿੱਥੇ ਲੈ ਕੇ ਆਏ, ਬੜੇ ਧਿਆਨ ਨਾਲ ਸੁਣਿਓ, ਕਿੱਥੇ ਲੈ ਕੇ ਆਏ, ਜਿੱਥੇ ਆਪ ਜੀ ਅੱਜ ਦਰਸ਼ਨ ਕਰਦੇ ਹੋ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਪਾਲਕੀ ਹੈ, ਜਦੋਂ ਬਜਨੀ ਬੇਰੀ ਦੇ ਨੀਚੇ ਵੀ ਪਾਲਕੀ ਪੱਥਰ ਦੀ ਬਣੀ ਹੋਈ, ਉਸ ਜਗ੍ਹਾ ਤੇ ਵਿਰਾਜਮਾਨ ਕੀਤੀਆਂ ਪੋਥੀਆਂ, ਤੇ ਉੱਤੇ ਸ਼ਬਦ ਉਚਾਰਿਆ। ਕੀ ਸ਼ਬਦ ਉਚਾਰਿਆ? ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਰਹਿੰਦਾ। ਇਹ ਸ਼ਬਦ ਉਚਾਰਿਆ ਗੁਰੂ ਅਰਜਨ ਦੇਵ ਜੀ ਨੇ।
ਉਹਦੇ ਬਾਅਦ ਫਿਰ ਗੁਰਚਰਨ ਦੇਵ ਜੀ ਨੇ ਰਾਮਸਰ ਸਾਹਿਬ ਦੀ ਧਰਤੀ ਤੇ ਜੋ ਆ ਕੇ ਰਾਮਸਰ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ ਰਾਮਸਰ ਸਾਹਿਬ ਦੀ ਧਰਤੀ ਤੇ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਇਕੱਠੀ ਕਰਾਈ ਪਹਿਲੇ ਗੁਰੂ ਦੂਜੇ ਗੁਰੂ ਤੀਜੇ ਗੁਰੂ ਚੌਥੇ ਗੁਰੂ ਤੇ ਨਾਲ ਆਪਣੀ ਬਾਣੀ ਤਕਰੀਬਨ 900 ਕੁਛ ਅੰਗ ਉਹ ਸਾਰੀ ਇਕੱਤਰ ਕੀਤੀ ਤੇ ਪੋਥੀ ਸਾਹਿਬ ਦਾ ਰੂਪ ਦਿੱਤਾ ਜਦੋਂ ਪੋਥੀ ਸਾਹਿਬ ਦਾ ਰੂਪ ਦਿੱਤਾ ਨਾ ਉਹਦੇ ਬਾਅਦ ਰਾਮਸਰ ਦੀ ਧਰਤੀ ਨੂੰ ਉਸ ਪੋਥੀ ਸਾਹਿਬ ਜੀ ਨੂੰ ਪਾਲਕੀ ਵਿੱਚ ਵਿਰਾਜਮਾਨ ਕਰਕੇ ਨਗਰ ਕੀਰਤਨ ਦੇ ਰੂਪ ਵਿੱਚ ਫਿਰ ਸੱਚਖੰਡ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਲੈ ਕੇ ਸਾਰਿਆਂ ਕੋ ਵਾਹਿਗੁਰੂ ਫਿਰ ਆਖੋ ਵਾਹਿਗੁਰੂ ਅੱਜ ਗੁਰੂ ਅਰਜਨ ਦੇਵ ਜੀ ਦਾ ਆਤਮਨ ਦਿਹਾੜਾ ਪ੍ਰਕਾਸ਼ ਦਿਹਾੜਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਣ ਕਿਹਦੀ ਹੈ ਪੋਥੀ ਸਾਹਿਬ ਦੀ ਦੇਣ ਕਿਹਦੀ ਹੈ ਗੁਰੂ ਅਰਜਨ ਦੇਵ ਜੀ ਰਾਮਸਰ ਦੀ ਧਰਤੀ ਤੇ ਹੀ ਤੁਸੀਂ ਕਦੇ ਜਾਓ ਰਾਮਸਰ ਦੀ ਧਰਤੀ ਤੇ ਅੱਜ ਉਹ ਪੇੜ ਵੀ ਹੈ ਉਹ ਵਰਖਸ਼ ਵੀ ਹੈ ਜਿਸ ਪੇੜ ਦੇ ਨੀਚੇ ਬਹਿ ਕੇ ਗੁਰੂ ਅਰਜਨ ਦੇਵ ਜੀ ਦੇ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰੀ ਜਿੱਥੇ ਬਾਬਾ ਜੀ ਨੇ ਆਪ ਬਾਣੀ ਲਿਖੀ ਹੈ ਸੁਖਮਨੀ ਸਾਹਿਬ ਜੀ ਦੀ ਉਹ ਵੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਬਾ ਜੀ ਨੇ ਦਰਜ ਕੀਤੀ ਜਦੋਂ ਬਾਬਾ ਜੀ ਨਗਰ ਕੀਰਤਨ ਦੇ ਰੂਪ ਵਿੱਚ ਲੈ ਕੇ ਆਏ ਨਾ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਵਿਰਾਜਮਾਨ ਕੀਤੀ ਪੋਥੀ ਸਾਹਿਬ ਤੇ ਆਪ ਗੁਰੂ ਅਰਜਨ ਦੇਵ ਜੀ ਨੇ ਚੌੜ ਸਾਹਿਬ ਕੀਤਾ ਹਰਿਮੰਦਰ ਸਾਹਿਬ ਦੇ ਅੰਦਰ ਲੈ ਕੇ ਆਏ ਜਿਸ ਸਥਾਨ ਤੇ ਗੁਰੂ ਅਰਜਨ ਦੇਵ ਜੀ ਆਪ ਬੈਠਦੇ ਸੀ ਉਸ ਸਥਾਨ ਤੇ ਸੁੱਚਾ ਪੀੜਾ ਸਾਫ਼ ਪੀੜਾ ਸਾਫ਼ ਵਿਛਾਈ ਕਰਾਈ ਉਸ ਸਥਾਨ ਤੇ ਪੋਥੀ ਸਾਹਿਬ ਨੂੰ ਵਿਰਾਜਮਾਨ ਕੀਤਾ ਔਰ ਅੱਜ ਦੇ ਦਿਨ ਹੀ ਬੜੇ ਧਿਆਨ ਨਾਲ ਸੁਣਿਓ ਜਿਸ ਦਿਨ ਗੁਰੂ ਅਰਜਨ ਦੇਵ ਜੀ ਆਤਮਾ ਦਿਹਾੜਾ ਨਾ ਜਿਸ ਦਿਨ ਪੋਥੀ ਸਾਹਿਬ ਜਦੋਂ ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਸੇ ਦਿਨ ਗ੍ਰੰਥੀਆਂ ਦਾ ਵੀ ਜਨਮ ਆਪਾਂ ਕਹਿ ਲਈਏ ਆਤਮਕ ਕਹਿੰਦੇ ਹੁੰਦਾ ਹੈ ਕਿਉਂ ਹੁੰਦਾ ਵੇ ਕਿਉਂਕਿ ਉਸ ਦਿਨ ਗੁਰੂ ਅਰਜਨ ਦੇਵ ਜੀ ਨੇ ਪੋਥੀ ਸਾਹਿਬ ਜਦੋਂ ਵਿਰਾਜਮਾਨ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾ ਗ੍ਰੰਥੀ ਬਣਾਇਆ ਜਦੋਂ ਪ੍ਰਕਾਸ਼ ਹੋਇਆ ਤੁਹਾਨੂੰ ਸਾਰੇ ਨੂੰ ਇਤਿਹਾਸ ਪਤਾ ਵੇ ਜਦੋਂ ਪ੍ਰਕਾਸ਼ ਹੋਇਆ ਤੇ ਪਹਿਲਾ ਹੁਕਮਨਾਮਾ ਆਇਆ ਕੀ ਹੁਕਮਨਾਮਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਵੇ ਸੰਤਾਂ ਦੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਪਹਿਲਾ ਹੁਕਮਨਾਮਾ ਪੋਥੀ ਸਾਹਿਬ ਜੀ ਦਾ ਜੋ ਸਭ ਤੋਂ ਪਹਿਲਾ ਹੁਕਮਨਾਮਾ ਵੇ ਉਹ ਵੇ ਸੰਤਾਂ ਦੇ ਕਾਰਜ ਆਪ ਖਲੋਇਆ ਪਹਿਲਾ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਫਿਰ ਜਦੋਂ ਸਾਰੀ ਚੌਕੀਆਂ ਚੱਲਦੀ ਰਹੀਆਂ ਤੁਹਾਨੂੰ ਪਤਾ ਵੀ ਹਰਿਮੰਦਰ ਸਾਹਿਬ ਦੇ ਅੰਦਰ ਚੌਕੀ ਹੁੰਦੀ ਹੈ ਬੇਲਾਵਲ ਦੀ ਚੌਕੀ 3 ਵਜੇ ਚਰਨ ਕਮਲ ਦੀ ਚੌਕੀ ਉਹਦੇ ਬਾਅਦ ਸ਼ਾਮ ਨੂੰ ਸੁਗਤ ਦੀ ਚੌਕੀ ਇਹ ਚੌਕੀਆਂ ਵਾਲੀ ਨੇ ਵੱਖਰੀ ਵੱਖਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਜਦੋਂ ਸਮਾਪਤੀ ਹੋ ਗਈ ਸਮਾਪਤੀ ਦੀ ਚੌਕੀ ਨਹੀਂ ਜਦੋਂ ਸਮਾਪਤੀ ਹੋਈ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਕਹਿੰਦੇ ਬਾਬਾ ਜੀ ਹੁਣ ਪੋਥੀ ਸਾਹਿਬ ਕਿੱਥੇ ਵਿਰਾਜਮਾਨ ਕਰਨੀ ਹੈ ਤੇ ਫਿਰ ਤਾਂ ਗੁਰੂ ਅਰਜਨ ਦੇਵ ਜੀ ਨੇ ਸਤਿਕਾਰ ਕਰਨਾ ਸਿਖਾਇਆ ਬੜੇ ਧਿਆਨ ਨਾਲ ਸੁਣਿਓ ਜਿਨ੍ਹਾਂ ਦਾ ਅੱਜ ਅਸੀਂ ਆਤਮਨ ਦਿਹਾੜਾ ਮਨਾ ਰਹੇ ਹਾਂ ਗੁਰੂ ਅਰਜਨ ਦੇਵ ਜੀ ਨੇ ਆਪ ਸਤਿਕਾਰ ਕਰਨਾ ਸਿਖਾਇਆ ਕਹਿੰਦੇ ਜਿਸ ਸਥਾਨ ਤੇ ਅਸੀਂ ਆਰਾਮ ਕਰਦੇ ਹਾਂ ਅਕਾਲ ਤਖਤ ਸਾਹਿਬ ਕੋਠਾ ਸਾਹਿਬ ਕਦੇ ਜਾਓ ਆਪਦੀ ਜਿੱਥੋਂ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹਰਿਮੰਦਰ ਸਾਹਿਬ ਦੇ ਅੰਦਰ ਆਉਂਦਾ ਰੋਜ਼ ਸੁਖਾਸਨ ਹਰਿਮੰਦਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਜਾਂਦਾ ਬੜੇ ਪਿਆਰ ਭਾਵਨਾ ਸ਼ਰਧਾ ਦੇ ਨਾਲ ਪਾਲਕੀ ਸਾਹਿਬ ਵਿੱਚ ਵਿਰਾਜਮਾਨ ਹੋ ਕੇ ਉੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਸ ਸਥਾਨ ਤੇ ਹੁਣ ਅਸੀਂ ਨਹੀਂ ਆਰਾਮ ਕਰਾਂਗੇ ਉੱਥੇ ਨਵਾਂ ਪੀੜਾ ਸਾਹਿਬ ਨਵਾਂ ਮੰਜਾ ਸਾਹਿਬ ਵਿਛਾਓ ਤੇ ਪੋਥੀ ਸਾਹਿਬ ਦਾ ਸੁਖਾ ਸਾਹਿਬ ਉੱਥੇ ਸਾਰਿਆਂ ਕੋ ਵਾਹਿਗੁਰੂ ਜਿਨ੍ਹਾਂ ਦਾ ਆਤਮਾ ਦਿਹਾੜਾ ਅੱਜ ਮਨਾ ਰਹੇ ਦੋਨੋਂ ਵੱਡੇ ਜਹਾਜ਼ ਬਣਾਏ ਪਰ ਪਰ ਪੂਰ ਤੋਂ ਪਾਰ ਲਗਾਏ ਪਹਿਲਾ ਜਹਾਜ਼ ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਹਿਲਾ ਜਹਾਜ਼ ਕਿ ਗੁਰੂ ਅਰਜਨ ਦੇਵ ਜੀ ਨੇ ਰਚਿਆ ਬਣਾਇਆ ਫਿਰ ਖਾਲੀ ਬਣਾਇਆ ਹੀ ਨਹੀਂ ਉਹਦਾ ਸਤਿਕਾਰ ਕਰਨਾ ਵੀ ਸਿਖਾਇਆ ਗੁਰੂ ਹਰਿਰਾਏ ਸਾਹਿਬ ਜੀ ਬੜੇ ਧਿਆਨ ਨਾਲ ਸੁਣਿਓ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਹੁਣ ਉੱਪਰ ਪੋਥੀ ਸਾਹਿਬ ਤੇ ਕਈ ਸਿੰਘਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਸੀ ਕਿ ਬਾਬਾ ਜੀ ਆਪ ਜੀ ਕਿੱਥੇ ਆਰਾਮ ਕਰੋਗੇ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਸਾਡੀ ਚਿੱਟੀ ਚੱਦਰ ਨੀਚੇ ਵਿਛਾ ਦਿਓ ਅੱਜ ਵੀ ਚਿੱਟੀ ਚੱਦਰ ਨੀਚੇ ਵਿਛਾਈ ਜਾਂਦੀ ਹੈ ਉੱਥੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਅਸੀਂ ਨੀਚੇ ਆਰਾਮ ਕਰਾਂਗੇ ਸਤਿਕਾਰ ਕਰਨਾ ਸਿਖਾਇਆ ਗੁਰ ਹਰਿਰਾਏ ਸਾਹਿਬ ਜੀ 7ਵੇਂ ਪਾਤਸ਼ਾਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਪੰਕਤੀ ਆਉਂਦੀ ਹੈ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਬੈਠਦੇ ਉੱਪਰ
पर विराजमान ने आराम कर रहे हैं। हुआ बाद में कुछ संगत आई, जदू संगत आई ते सेवादारा नु पूछ लिए कि गुरु साहिब जी किथे ने, ते संगत ने किया, जदू पूछ लिया ते सेवादारा ने किया कि बाबा जी आराम विच ने, ते कहते कोई गल नहीं असीं बाहर बह के बाबा जी की उड़ीक करांगे। उन्होंने बाहर बह के पानी भरना शुरू कर दिया संगता का। जदू बाहर पानी भरना शुरू की थी ना, ये सारा इतिहास है कि सत्कार करना गुरु अर्जन देव जी ने भी सिखाया है, गुरु हरराय साहब जी ने भी सिखाया है। तो जदू बाहर संगत बैठ के बाणी पढ़ रही है, हुण जदू बाणी पढ़ रही है ना, तुरंत ही गुरु हरराय साहब जी अपने बैठ तो उठते हैं। एक किली बाहर सी, वो किली गुरु हरराय साहब जी के गोडे ते लगी ते नाल लहू बगना शुरू हो गया, खून बगना शुरू हो गया, बाबा जी ने चोट लग गई। सारे हैरान, सारी संगत हैरान, सारे सेवादार हैरान, गोहारा साहब जी सारे सेवादार सारी संगत कुछ नहीं कहते, बाबा जी आप भी इतनी काली काली में बाहर क्यों आए? तो गोहारा साहब जी ने कहा साडी गुरु नानक की बाणी है, ये साडी गुरु अंगद देव जी की, गुरु अमरदास जी की, गुरु रामदास जी की, गुरु अर्जन देव जी की बाणी है, ये साडे जो बुजुर्ग ने गुरु अर्जन देव जी उन्होंने सत्कार करना सानू सिखाया है ਕਿਵੇਂ ਬਾਣੀ ਦਾ ਸਤਿਕਾਰ ਕਰਨਾ ਵੇ। ਤੇ ਕਹਿੰਦੇ ਬਾਬਾ ਜੀ ਆਪ ਤੇ ਬਾਣੀ ਦਾ ਰੂਪ ਹੀ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤਸਰ ਹੈ, ਬਾਬਾ ਜੀ ਆਪ ਤੇ ਬਾਣੀ ਦਾ ਰੂਪ। ਕਹਿੰਦੇ ਉਹ ਇੱਕ ਵੱਖਰਾ ਵਿਸ਼ਾ ਵੇ, ਲੇਕਿਨ ਬਾਣੀ ਦਾ ਸਤਿਕਾਰ ਸਾਡੇ ਗੁਰੂ ਸਾਹਿਬ ਜੀ ਨੇ ਸਿਖਾਇਆ ਵੇ, ਅਸੀਂ ਵੀ ਕਰਨਾ ਵੇ। ਤੇ ਬਾਬਾ ਜੀ ਨੇ ਪੰਕਤੀ ਉਚਾਰੀ, ਉਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਦਰਜ ਹੈ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਤੋ ਸੁਖ ਨਹੀਂ ਹਮਾਰਾ। ਜਿਨ੍ਹਾਂ ਦੇ ਅੰਦਰ ਅਦਬ ਸਤਿਕਾਰ ਨਹੀਂ ਹੈ ਬਾਣੀ ਦੇ ਪ੍ਰਤੀ, ਉਹ ਸਾਡਾ ਸਿੱਖ ਨਹੀਂ ਹੋ ਸਕਦਾ। ਮੁਖਵਾ ਪਾਸ਼ੇ ਸਤਵੀ ਇਸ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ। ਤੇ ਗੁਰੂ ਅਰਜਨ ਦੇਵ ਜੀ ਨੇ ਕੋਠਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕਰਾਇਆ, ਕੋਠੀ ਸਾਹਿਬ ਨੂੰ ਵਿਰਾਜਮਾਨ ਕਰਾਇਆ। ਵਿਰਾਜਮਾਨ ਕਰਾਉਣ ਦੇ ਬਾਅਦ ਆਪ ਨੀਚੇ ਉੱਤੇ ਲੈ ਗਏ ਤੇ ਇੱਕ ਤੇ ਇਹ ਜਹਾਜ਼ ਹੋ ਗਿਆ ਕਿ ਦੋਨੋਂ ਵੱਡੇ ਜਹਾਜ਼ ਬਣਾਏ, ਪਰ ਕੋਰਸ ਉਪਾੜ ਲਗਾਏ। ਇੱਕ ਪੰਕਤੀ ਪੜ੍ਹ ਲਓ ਇਹ ਵਾਰੀ, ਤੇ ਉਹਦੇ ਬਾਅਦ ਫਿਰ ਜਿਵੇਂ ਹੁਕਮ ਹੋਏਗਾ, ਅਗਰ ਸਮਾਂ ਹੋਇਆ ਤੇ ਫਿਰ ਹਰਿਮੰਦਰ ਸਾਹਿਬ ਦੀ ਵਡਿਆਈ, ਨਹੀਂ ਤੇ ਫਿਰ ਜਿਵੇਂ ਵੀ ਗੋਗੇ ਵੀਰ ਜੀ ਵੱਲੋਂ ਇਸ਼ਾਰਾ। ਬੜੇ ਪਿਆਰ ਨਾਲ ਫਿਰ ਇੱਕ ਵਾਰੀ ਪੰਕਤੀ ਪੜ੍ਹਿਓ। ਐਸੇ ਗੁਰੂ ਕੋ ਗੋਗੇ ਵਿੱਚ ਦਾ ਉਦਮ ਜੋ ਹਰ 26 ਤਾਰੀਖ ਨੂੰ ਹਰ ਮਹੀਨੇ ਦੀ
26 ਤਾਰੀਖ ਨੂੰ ਇਹ ਮਹੀਨਾਵਾਰੀ ਸਮਾਗਮ ਇੱਥੇ ਹੁੰਦਾ ਵੇ ਤੇ ਜੋ ਸੰਗਤ ਅੱਜ ਆਈ ਹੈ ਨਾ ਸਾਰਿਆਂ ਨੂੰ ਬੇਨਤੀ ਹਰ 26 ਤਾਰੀਖ ਨੂੰ ਆਪ ਜੀ ਉੱਥੇ ਹਾਜ਼ਰੀ ਭਰਿਆ ਕਰੋ ਤੇ ਵੱਖਰੇ ਵੱਖਰੇ ਜਿੱਥੇ ਹਾਜ਼ਰੀ ਭਰਦੇ ਨੇ ਮੋਗੇ ਵਿੱਚ ਵੱਲੋਂ ਵੀ ਬੇਨਤੀ ਹੈ ਦਾਸਾ ਗਰੀਬਾਂ ਵੱਲੋਂ ਵੀ ਬੇਨਤੀ ਹੈ ਕਿ ਆਪ ਜੀ ਹਰ 26 ਤਾਰੀਖ ਨੂੰ ਜੋ ਹੈ ਹਾਜ਼ਰੀ ਭਰਿਆ ਕਰੋ ਜਿਵੇਂ ਆਪ ਜੀ ਇੱਥੇ ਦੇਖ ਰਹੇ ਨਾ ਛੋਟੇ ਛੋਟੇ ਬੱਚੇ ਹਾਜ਼ਰੀ ਭਰ ਰਹੇ ਨੇ ਇਵੇਂ ਹੀ ਭਾਈ ਸਾਹਿਬ ਜੀ ਦੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਮੈਂ ਸਿਰਫ ਆਪ ਜੀ ਦੇ ਗਿਆਨ ਦੀ ਗੱਲ ਬੋਲ ਰਿਹਾ ਕੋਈ ਮਾਨ ਵਡਿਆਈ ਬਸ ਨਹੀਂ ਜਿਵੇਂ ਮੋਗੇ ਵਿੱਚ ਆਪ ਜੀ ਨੂੰ ਦੱਸ ਰਹੇ ਸੀ ਤੇ ਇਵੇਂ ਹੀ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਯੂਨਿਟ ਚੱਲ ਰਹੀ ਹੈ ਤੇ ਸ਼ਹਿਜਾਨਪੁਰ ਯੂਪੀ ਵਿੱਚ ਸ਼ਹਿਰ ਹੈ ਲਖਨਊ ਤੋਂ 2.5 ਘੰਟੇ ਪਹਿਲੇ ਉੱਥੇ ਵੀ ਮਹਾਂਪੁਰਸ਼ਾਂ ਵੱਲੋਂ ਯੂਨਿਟ ਚੱਲ ਰਹੀ ਬੀਬੀ ਕੋਲਾ ਜੀ ਗੁਰਮਤ ਸੇਵਕ ਜਥਾ ਤੇ ਉਹ ਸਾਰੀ ਸੇਵਾ ਗੁਰੂ ਸਾਹਿਬ ਜੀ ਉੱਥੇ ਲੈਂਦੇ ਨੇ ਉਹਦੇ ਵਿੱਚ ਵੀ ਵੱਖਰੀ ਵੱਖਰੀ ਸਿਖਲਾਈ ਕੀਰਤਨ ਦੁਮਾਲਾ ਦਸਤਾਰ ਗੱਤਕਾ ਤੇ ਗੁਰਬਾਣੀ ਦੀ ਸੰਥਿਆ ਪੰਜਾਬੀ ਪੜ੍ਹਨੀ ਲਿਖਣੀ ਬੋਲਣੀ ਉਹਦੇ ਇਲਾਵਾ ਪ੍ਰੋਜੈਕਟਾਂ ਰਾਹੀਂ ਪਿਕਚਰ ਦਿਖਾਉਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਰਧ ਨਵੀਂ ਸਰੂਪ ਦੀ ਸੇਵਾ ਹੋਰ ਕਈ ਤਰੀਕੇ ਦੀ ਸੇਵਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੁਝ ਬਿਧਵਾ ਭੈਣਾਂ ਉਹ ਰਾਸ਼ਨ ਵੀ ਲੈਂਦੀਆਂ ਨੇ ਤੇ ਛੋਟੀ ਯੂਨਿਟ ਗੁਰੂ ਸਾਹਿਬ ਜੀ ਉੱਥੇ ਸੇਵਾ ਲੈ ਰਹੇ ਨੇ ਆਪ ਜੀ ਅਸੀਸ ਦੇ ਕੇ ਜਾਇਓ 5 ਵਾਰ ਆਪ ਜੀ ਵਾਹਿਗੁਰੂ ਬੋਲ ਕੇ ਅਸੀਸ ਦੇ ਦਿਓ 10 ਸਾਲ ਵੀ ਅਸੀਸ ਦੇਣਾ ਤੇ ਬੋਗੇ ਵੀ ਜੀ ਨੂੰ ਅਸੀਸ ਦੇਣਾ ਸਾਰੇ ਆਖੋ ਵਾਹਿਗੁਰੂ 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 ਮੇਰੇ ਤੋਂ ਬਾਅਦ ਭਾਈ ਸੁਖਵਿੰਦਰ ਸਿੰਘ ਜੀ ਬੋਗਾ ਵਿੱਚ ਉਹ ਹਾਜ਼ਰੀ ਭਰਨ ਦੇ ਤੇ ਅੱਜ ਸਤਿਕਾਰਯੋਗ ਭਾਈ ਹਰਵਿੰਦਰ ਪਾਲ ਸਿੰਘ ਜੀ ਲਿਟਲ ਵੀਰ ਜੀ ਜਿਨ੍ਹਾਂ ਦਾ ਮੈਂ ਕੀਰਤਨ ਬਹੁਤ ਸੁਣਦਾ ਵਾਂ ਕਥਾ ਵੀ ਉਹਨਾਂ ਦੀ ਫੋਲੋ ਕਰਦੇ ਹਾਂ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਤੇ ਆਪ ਜੀ ਮੈਂ ਟਿਕ ਕੇ ਬੈਠੇ ਹੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਸਾਰੇ ਜੱਥੇ ਦਾ ਸ਼ੁਕਰਾਨਾ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਮੇਰੇ ਬੋਗੇ ਵੀਰ ਦਾ ਸ਼ੁਕਰਾਨਾ ਸਾਰਿਆਂ ਦਾ ਸ਼ੁਕਰਾਨਾ ਸਾਰੇ ਗੱਲ ਵਾਸ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋਨਿਹਾਲ ਬਹੁਤ ਬਹੁਤ ਸ਼ੁਕਰਾਨੇ ਮੇਰੇ ਵੀਰ ਭਾਈ ਜਸਪ੍ਰੀਤ ਸਿੰਘ ਜੀ ਕੋਮਲ ਸ਼ਾਹਜਹਾਨਪੁਰ ਤੋਂ ਜਿਨ੍ਹਾਂ ਨੇ ਆ ਕੇ ਸੰਗਤਾਂ ਨੂੰ ਨਿਹਾਲ ਕੀਤਾ ਜੀ ਆਇਆਂ ਨੂੰ ਦਾਸ ਬੇਨਤੀ ਕਰੇਗਾ ਰਘੁਵੀਰ ਜੀ ਦੇ ਮਾਤਾ ਜੀ ਨੂੰ ਭਾਈ ਜਸਪ੍ਰੀਤ ਸਿੰਘ ਜੀ ਕੋਮਲ ਜੀ ਦਾ ਸਤਿਕਾਰ ਕਰਨਗੇ ਨਾਲ ਉਹਨਾਂ ਦੇ ਘਰੋਂ ਭੈਣ ਜੀ ਰੋਸ਼ਨੀ ਕੌਰ ਜੀ ਆਏ ਉਹਨਾਂ ਨੂੰ ਬੇਨਤੀ ਹੈ ਬੋਲੇ ਸੋਨਿਹਾਲ ਨਾਲ ਇਹਨਾਂ ਦੇ ਘਰੋਂ ਵੀ ਆਏ ਨੇ ਉਹਨਾਂ ਨੂੰ ਬੇਨਤੀ ਹੈ ਆ ਕੇ ਸਤਿਕਾਰ ਲੈ ਲੈਣ ਬੋਲੇ ਸੋਨਿਹਾਲ